ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਮੁੜ ਤੋਂ ਕਿਸਾਨ ਇਕਜੁੱਟ ਹੋ ਕੇ 3 ਦਿਨਾਂ ਤੱਕ ਕੇਂਦਰ ਦੇ ਖਿਲਾਫ ਮੁਜ਼ਾਹਰਾ ਕਰ ਰਹੇ ਹਨ। ਇਸ ਵਾਰ ਪ੍ਰਦਰਸ਼ਨ ਵਿੱਚ ਕਿਸਾਨਾਂ ਦਾ ਮੁੱਖ ਟੀਚਾ ਲਖੀਮਪੁਰ ਹਿੰਸਾ ਮਾਮਲੇ ਵਿੱਚ ਨਿਆਂ ਮੰਗਣਾ ਹੈ। ਲਖੀਮਪੁਰ ਖੀਰੀ ਵਿੱਚ ਕਰੀਬ 72 ਘੰਟੇ ਤੱਕ ਚੱਲਣ ਵਾਲੇ ਇਸ ਵਿਰੋਧ ਪ੍ਰਦਰਸ਼ਨ ਵਿੱਚ ਪੰਜਾਬ ਤੋਂ ਵੀ ਕਰੀਬ 10,000 ਕਿਸਾਨ ਹਿੱਸਾ ਲੈਣਗੇ। ਵਿਰੋਧ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਯੋਜਿਤ ਕੀਤਾ ਗਿਆ। ਅੱਜ ਤੋਂ ਸ਼ੁਰੂ ਹੋ ਰਿਹਾ ਇਹ ਵਿਰੋਧ ਪ੍ਰਦਰਸ਼ਨ 20 ਅਗਸਤ ਤੱਕ ਚੱਲੇਗਾ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਹੈ ਕਿ ਇਸ ਵਿਰੋਧ ਵਿੱਚ ਪੰਜਾਬ ਤੋਂ 10,000 ਕਿਸਾਨ ਹਿੱਸਾ ਲੈਣਗੇ। ਕੁਝ ਕਿਸਾਨ ਟ੍ਰੇਨ ਤੋਂ ਆ ਰਹੇ ਹਨ ਤਾਂ ਕੁਝ ਆਪਣੇ ਪ੍ਰਾਈਵੇਟ ਗੱਡੀਆਂ ਤੋਂ ਆ ਰਹੇ ਹਨ। ਬੁੱਧਵਾਰ ਨੂੰ ਕਿਸਾਨ ਇੱਥੇ ਪਹੁੰਚਣ ਦੇ ਲਈ ਆਪਣੇ ਆਪਣੇ ਘਰਾਂ ਤੋਂ ਨਿਕਲ ਚੁੱਕੇ ਹਨ। ਤੁਹਾਨੂੰ ਦੱਸ ਦਈਏ ਕਿ ਕਿਸਾਨ ਲਖੀਮਪੁਰ ਹਿੰਸਾ ਦੇ ਬਾਅਦ ਤੋਂ ਲਗਾਤਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਨੂੰ ਅਹੁਦੇ ਤੋਂ ਹਟਾਉਣ ਜਾਣ ਦੀ ਮੰਗ ਕਰ ਰਹੇ ਹਨ। ਲਖੀਮਪੁਰੀ ਹਿੰਸਾ ਮਾਮਲੇ ਵਿੱਚ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰ ਤੇ ਕਿਸਾਨਾਂ ਤੇ ਗੱਡੀ ਚੜਾਉਣ ਦਾ ਆਰੋਪ ਹੈ। ਪਿਛਲੇ ਸਾਲ ਅਕਤੂਬਰ ਵਿੱਚ ਹੋਈ ਇਸ ਘਟਨਾ ਵਿੱਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ। ਇਸ ਸਾਲ ਜੁਲਾਈ ਤੱਕ ਇਲਾਹਾਬਾਦ ਹਾਈ ਕੋਰਟ ਨੇ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਅਜੇ ਵੀ ਪੁਲਿਸ ਹਿਰਾਸਤ ਵਿੱਚ ਹੀ ਹੈ। ਪੂਰੇ ਮਾਮਲੇ ਵਿੱਚ ਕਈ ਵਾਰ ਸੁਪਰੀਮ ਕੋਰਟ ਨੇ ਵੀ ਉੱਤਰ ਪ੍ਰਦੇਸ਼ ਪੁਲਿਸ ਦੇ ਰਵੱਈਏ ਨੂੰ ਲੈ ਕੇ ਸਖ਼ਤ ਟਿੱਪਣੀਆਂ ਕੀਤੀਆਂ ਹਨ। ਮਾਮਲੇ ਵਿੱਚ ਗਠਿਤ SIT ਨੇ ਵੀ ਆਸ਼ੀਸ਼ ਮਿਸ਼ਰਾ ਨੂੰ ਹੀ ਮਾਮਲੇ ਵਿੱਚ ਮੁੱਖ ਸਾਜ਼ਿਸ਼ਕਰਤਾ ਦੱਸਿਆ ਸੀ। ਸਾਥੀਓ, ਅੱਜ 18 ਅਗਸਤ ਨੂੰ ਅਸੀਂ ਲਖੀਮਪੁਰ ਖੀਰੀ ਨਾਣਾ ਮੰਡੀ ਰਾਜਾਪੁਰਾ ਵਿੱਚ ਬੈਠੇ ਹਾਂ, ਜਿੱਥੇ ਕਿ 11 ਵਜੇ ਅੱਜ ਸੰਯੁਕਤ ਮੋਰਚੇ ਦੀ ਸਟੇਜ ਦਾ ਜਿਹੜਾ ਧਰਨਾ ਪੱਧਰ ਘੰਟੇ ਦਾ ਹੈ ਸ਼ੁਰੂਆਤ ਹੁੰਦੀ ਹੈ। ਲਗਭਗ 60 ਦੇ ਨੇੜ ਛੋਟੇ ਵੱਡੇ ਵਹੀਕਲ ਸਾਡੀ ਜਥੇਬੰਦੀ ਦੇ ਪਹੁੰਚੇ ਨੇ। ਇਹਦੇ ਵਿੱਚ ਮਾਈਆਂ ਦੀ ਗਿਣਤੀ ਵੀ ਹੈਗੀ, ਮਜ਼ਦੂਰਾਂ ਦੀ ਗਿਣਤੀ ਵੀ ਹੈਗੀ ਆ, ਅਤੇ ਉਹ ਗਿਣਤੀ ਪਹੁੰਚੀ ਹੋਈ ਹੈ। ਅਤੇ ਕਾਫਲੇ ਲਗਾਤਾਰ ਟ੍ਰੇਨਾਂ ਰਾਹੀਂ ਵੀ ਸਰਬੰਧੀਆਂ ਜਥੇਬੰਦੀਆਂ ਦੇ ਲਗਭਗ ਆ ਰਹੇ ਨੇ, ਅਤੇ ਪੰਜਾਬ ਦੇ ਵਿੱਚੋਂ ਲਗਭਗ 10,000 ਦੇ ਨੇੜੇ ਗਿਣਤੀ ਪਹੁੰਚਣ ਦੀ ਸੰਭਾਵਨਾ ਹੈਗੀ ਆ। ਅਤੇ ਇੱਧਰ UP ਦੀਆਂ ਜਥੇਬੰਦੀਆਂ, ਹਰਿਆਣੇ ਦੀਆਂ ਜਥੇਬੰਦੀਆਂ ਅਤੇ ਮਹਾਰਾਸ਼ਟਰ ਮੱਧ ਪ੍ਰਦੇਸ਼ ਦੇ ਵਿੱਚੋਂ ਸਾਥੀ ਆਉਣ ਦੇ ਸੰਦੇਹ ਮਿਲੇ ਨੇ। ਉਹਨਾਂ ਨੂੰ ਇਸ ਕਰਕੇ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜੀ ਸਾਡਾ 72 ਘੰਟੇ ਲਖੀਮਪੁਰ ਖੀਰੀ ਦਾ ਧਰਨਾ ਹੈ ਉਹਦੀ ਸ਼ੁਰੂਆਤ ਹੋ ਜਾ ਰਹੀ ਹੈ। ਅਤੇ ਅਸੀਂ ਸਮਝਦੇ ਹਾਂ ਵੀ ਇਹ ਬਹੁਤ ਪਾਏਦਾਰ ਅਤੇ ਅਸਰਦਾਰ ਸਾਡਾ ਧਰਨਾ ਜਿਹੜਾ ਇਹ 3 ਦਿਨ ਦਾ ਇਹ ਅਸਰਦਾਰ ਹੋਊਗਾ ਅਤੇ ਇਹਦੇ ਸਿੱਟੇ ਪੌਦੇ ਨਿਕਲਣਗੇ। ਅਸੀਂ ਤੁਹਾਡੇ ਤੋਂ ਆਸ ਕਰਦੇ ਹਾਂ ਕਿ ਤੁਸੀਂ ਜਿੱਡੇ ਉਤਸ਼ਾਹ ਨਾਲ ਐਡਾ ਵੱਡਾ ਪਿੰਡ ਆ ਜਿਹੜਾ ਲਗਭਗ 772 ਕਿਲੋਮੀਟਰ ਬਣਦਾ ਹੈ, ਐਡਾ ਵੱਡਾ ਪਿੰਡ ਤੈਅ ਕਰਕੇ ਆਏ ਹੋ, ਭੁੱਖਾਂ ਦੇਹਾਂ ਕੱਟ ਕੇ ਤੁਸੀਂ ਰਾਤ ਨੂੰ ਤਕਰੀਬਨ 1:30 ਵਜੇ ਤੋਂ ਲੈ ਕੇ 3 ਵਜੇ 4 ਵਜੇ ਤੱਕ ਪਹੁੰਚਦੇ ਰਹੇ ਹੋ, ਇਹਦਾ ਅਸੀਂ ਧੰਨਵਾਦ ਕਰਦੇ ਹਾਂ। ਜਿਹੜੇ ਪਿੱਛੇ ਸਾਡੇ ਪੰਜਾਬ 'ਚ ਬੈਠੇ ਸਾਥੀ ਨੇ ਉਹਨਾਂ ਨੂੰ ਸਾਡੀ ਬੇਨਤੀ ਆ ਵੀ ਤੁਸੀਂ ਤਿਆਰ ਕਰ, ਕਿਸੇ ਕਿਸਮ ਦੀ ਕਾਰ ਵੀ ਕੋਈ ਦਿੱਤੀ ਜਾ ਸਕਦੀ ਹੈ ਲੋੜ ਪੈਣ 'ਤੇ, ਪਰ ਇਸ ਤਰ੍ਹਾਂ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਮਤਲਬ ਵੀ ਇਸ ਰੈਲੀ ਦੇ ਵਿੱਚ ਕਿਸ ਤਰ੍ਹਾਂ ਦੀ ਕੋਈ ਰੁਕਾਵਟ ਵਾਲੀ ਹੋਣ ਤੱਕ ਕੋਈ ਭੜਕਦੀ ਨਹੀਂ ਪਈ। ਦੇਸ਼ ਦੁਨੀਆ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ। ਇਸ ਦੇ ਨਾਲ ਹੀ ਬੈਲ ਆਈਕਨ ਦੱਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।